गाने मैंने बड़े सुत मैंने ना दरअसल गाने बड़े सुत रही लाभ गई मैं तो आंख होशिया बंदा वे के ना जाना था ओ तेरी भैन दी सिरी उस बंदे सिर में लाया ना सी हवा दे विच ओ मेरा सिर लै गया बुला लो जंप कर गया थले थले जंप किया ओनू मौली पई हुई है आएगा मेरे वाल के औखा काम नहीं मेरी मौली तेनू कितों पैन लगी मैं तो सुटी कोई नहीं मौली मैं नेड़े के सुटिया सीगा तो भी उधर नू सुटे तेरे वाल तो सुटे नहीं गा तेरे छत ते सीगा एक लान थी आया फिर उन पर लान है यार मैं बहुत अच्छा मार है ऊपर दूजे ने भागने मैं बिलाल बंदा हवा च नोक करन लगा सीगा वो तो मेनू पै गई दूजी साइड तो चल आ फिर फॉर्म से ना तो वीडियो चंगी निकलनी चाहिए थी पोस्ट ले आ ना फॉर्म च नहीं ओए ओए वैसे केडी मेरी दो ते जा रही है इस बार चल मुबारक हो बहुत ज्यादा नहीं गी मैं कहना वा माड़े बंदे ने वंड मुड़ दिया कर जिन्ना दी एक तो थले हुंदी है छाते बंदा मेरे को बड़ा गंदा सीन चलिया बिलाल मैं बोटा समझे कपड़े भी बोटे आले हेलमेट वेस्ट बोटा हर शह बोटा मैं उन्होंने टीममेट भी नोक किया नाम भी बोटे आला बाद पूरा स्क्वाड निकलिया उ सारे ने बोट वाली हरकत की नाम भी मैं भैन दी सीरी बहुत गल पाई है उदो मेरा तो मीटर ही शार्ट हो गया बड़ा उदो तो ना दिल डरिया डरिया जो रहा कि इतने बहुत कुत्ती लोग है मैं ना इस तो वड्डी बगैर थी नहीं मार सकती खोती नसल का मेरा दिमाग खराब कर गया यार मैं तेन दसना उन्हें नाम भी बोटे वाला लिखिया नाम भी पूरे स्क्वाड का बोटे वाला मैं ना रिलैक्स हो गया बेसिकली मैं बेसिकली रिलैक्स हो गया तो मैं ना गन चेंज कर लग पाया कि गन चेंज करके मारदा गंदी ओ गंदी नसल का बहुत वड्डा सपेरा सी मैनू तो ना और मेरे को रिकाल नहीं सी आ रही दिमाग उन्हां दी भैन कढ़नी सी लेकिन मियाँ कम दे गया और मियाँ लै गया सारिआं नूं आया इधर भैन दी सिरी इन्हां दी भी बाकी यार उस बंदे तो मैनू कसमें बहुत तप चढ़ी है मैं कहना इस सीजन चर मैं एक बंद चाप चढ़ी होगी ना छे यार अच्छा बिलाल यार तेन कैप कट तो ब्लर करना आंदा एक वीडियो बनाई है लेकिन बंदे का नाम मैं ब्लर करना चाहना वो थोड़ी भैन दी सिरी ओए तेन मैं वीडियो दिखावांगा ਕਿਹੜੇ ਚੱਕਰ ਚ ਕੁਈਨ ਹੈ ਉਹ ਦੌਰ ਮੁਦੀ ਓਏ ਸਪਰੇ ਗਲ ਦੇ ਰਹੇ ਆ ਓਏ ਇੱਥੇ ਓਪਨ ਚ ਹੋਰ ਵੀ ਸੱਪ ਨੇ
ਕਿਹੜੇ ਚੱਕਰਾਂ 'ਚ ਦੋ ਦੋ ਕੁ ਮਹੀਨਾ ਸੀ ਇੱਥੇ ਉਹ M4 ਲੋਨ ਮੇਰਾ ਤੇ ਰਿਵੈਂਜ ਹੋ ਗਿਆ ਜੀ ਕਿ ਤੈਨੂੰ ਇਹਨੇ ਲੋਨ ਨੇ ਮਾਰਿਆ ਸੀਗਾ ਆ ਲੋਨ ਨੇ ਕਿਸੇ ਨੂੰ ਮਾਰਿਆ ਸੀ ਆਪਣੇ ਟੀਮ ਦੇ ਬੰਦੇ ਨੂੰ ਐ ਨਹੀਂ ਪਤਾ ਤੈਨੂੰ ਮਾਰਿਆ ਸੀ ਮੈਨੂੰ ਮਾਰਿਆ ਸੀ ਬਿਲਾਲ ਬੰਦੇ ਅੱਗੇ ਤੂੰ ਤਾਂ ਅੱਗੇ ਵਾਹ ਵੀ ਚਲਾ ਗਿਆ ਸਾਨੂੰ ਮੈਂ ਯਾਰ ਇੱਥੋਂ M4 ਤੇ ਚੱਕ ਲਈ ਮੇਰੇ ਕੋਲ M4 ਨਹੀਂ ਆਇਆ ਹੁਣ ਸਪਰੇਅ ਜੋਗਾ ਮੇਰੇ ਕੋਲ ਆ ਜ਼ਰਾ ਹਾਲਾਤ ਇੱਥੇ ਮਾੜੇ ਹੋਏ ਪਏ ਸਾਨੂੰ ਮੈਂ ਇੱਕ ਵਾਰੀ ਪਿੱਛੇ ਆ ਗਿਆ ਮੈਨੂੰ ਕੁੱਤੇ ਖਾਣੀ ਹੁੰਦੀ ਲੱਗਦੀ ਪਈ ਸੀਗੀ ਮੈਂ ਤਾਂ ਹੀ ਆ ਗਿਆ ਟਾਈਮ ਨਾ ਐ ਵਾ ਬਾਗੜ ਬਿੱਲੇ ਦਾ ਇੱਕ ਪੁੱਤਰ ਦੋਰ ਯਾਰ ਮੈਂ ਨਾ ਹੁਣ ਸਕਰੀਨ ਚੇਂਜ ਕਰਨੀ ਆ ਸਕਰੀਨ ਕਹਿ ਰਿਹਾ ਵਾ ਫੋਨ ਚੇਂਜ ਕਰਨਾ ਕਲਿੱਕ ਮੈਂ ਕਿਤੇ ਕਰਦਾ ਹੋ ਕਿਤੇ ਜਾਂਦਾ ਬਾਕੀ ਸਪਾਈਡਰ ਮੇਰਾ ਬਹੁਤ ਕੁੱਤਾ ਵਾ ਕਹਿੰਦੇ ਹੈ ਨਾ ਉਹ ਚੀਜ਼ ਹੈ ਜਿਸਕੇ ਬਗੈਰ ਵੀ ਨਹੀਂ ਰਹਾ ਜਾਤਾ ਔਰ ਜਿਸਕੇ ਸਾਥ ਤੋ ਬਿਲਕੁਲ ਨਹੀਂ ਰਹਾ ਜਾਤਾ ਬਿਲਕੁਲ ਮੇਰੀ ਐਕਸੈਸ ਦੀ ਦਿਸ ਵੇ ਟੂ ਦ ਪਲੇ ਜ਼ੋਨ ਇੱਥੇ ਹੀ ਬੰਦੇ ਲਾਂ ਤੇ ਕਿਹੜੇ ਥਾਂ ਦੇ ਬਿਲਾਲ ਰਿਕਾਲ ਤਾਂ ਆਪਣੇ ਕੋਲ ਨਹੀਂ ਹੈਗਾ ਫਿਰ ਵੀ ਚਲੀ ਉਹਨਾਂ ਦੇ ਪਿੱਛੇ ਮੈਂ ਕਹਿੰਦਾ ਦੋੜ ਸਾਡੇ ਵੱਲ ਨੂੰ ਹੈ ਦੋੜ ਨੂੰ ਟੁੱਟੀ ਤੋ ਜਾ ਕੇ ਮੈਨੂੰ ਸੁਆ ਦੇ ਚੱਲ ਕੋਈ ਨਹੀਂ ਚਲ ਦੇਖ ਕੋਈ ਨਹੀਂ ਗਿਆ ਆ ਮੈਨੂੰ ਇੱਕ ਦੇਖ ਗਿਆ ਵਾਚ ਆਊਟ ਮੇਰਾ 5 ਦਾ ਐਮਓ ਖਤਮ ਓ ਸ਼ਦਾ ਤੈ ਸਾਲੇ ਬੇਟਾ F24 ਦੇ ਦੇ ਚਾਚੂ ਬੰਦੇ ਦਾ ਕੀ ਹਾਲ ਹੈ ਮੁੱਕ ਕੇ ਕਰਾ ਅਰੇ ਜ਼ਤਰ ਪਰੋ ਯਾਰ ਮੁੱਖੋਂ ਦਾ ਤਾਂ ਨਹੀਂ ਆ ਰਿਹਾ ਜ਼ਤਰ ਯਾਰ ਇਹ ਜੀ ਦਾ ਬਹੁਤ ਬੁਰੀ ਹੋਈ ਇਹ ਸੱਤੋਂ ਲਈਆ ਗੱਲ ਤੇ ਸਰ ਵਿਚਾਰਾ ਕੀ ਦੀ ਕਰੇ ਕਹਿਣ ਲੱਗ ਪਿਆ ਇੱਜ਼ਤ ਰੱਖ ਲਓ ਮੈਂ ਤਾਂ ਨਹੀਂ ਮੁੱਕੇ ਬਾਜ ਕਰਾਏ ਓਏ ਏ ਮੈਂ ਤੇ ਇੱਕ ਵਜਾਈ ਗੱਲ ਤੇ ਸਰ ਤੂੰ ਕੀ ਨਹੀਂ ਕਰਦਾ ਕਿ ਤੂੰ ਕਿ ਨਾ ਮਰਿਆ ਇਹ ਵੀ ਸੀ ਸਟਾਪ ਕਰਕੇ ਖੇਡ ਰਿਹਾ ਮੈਂ ਇਹ ਵੀ ਸੀ ਸਟਾਪ ਕਰਕੇ ਖੇਡ ਰਿਹਾ ਕਿਹੜਾ ਤੁੱਕਾ ਤੇ ਐਮ ਅਸਿਸਟ ਕਿਉਂ ਹੋ ਕੀਤਾ ਲੱਗੜੀ ਕਿ ਸਾਰੇ ਯਾਰ ਗੇਮ ਅੱਛੀ ਕੱਢੀ ਹੈ ਪੈਸੇ ਦੀ ਪੂਰੀ ਬਹੁਤ ਲੱਭੀ ਹੈ ਯਾਰ ਹਰ ਕੋਈ ਇਹ ਤਾਂ ਦੇ ਦੇ ਯਾਰ ਮੋਬਾਈਲ ਤੇ ਜਿਹੜਾ ਐਡਾ ਅੱਛਾ ਵਾ ਇਹ ਤੇ ਡੀਟੀ ਕੱਢੀ ਤੈਨੂੰ ਪਤਾ ਮੇਰਾ ਇਸ ਟਾਈਮ ਫੋਨ ਦੀ ਹਾਲਤ ਕਿੱਡੀ ਖਰਾਬ ਆ ਮੈਂ ਤੈਨੂੰ ਵੀਡੀਓ ਦਿਖਾਵਾਂ ਇੱਕ ਤੇ ਮੈਂ ਗ੍ਰਾਫਿਕਸ ਬਹੁਤ ਅੱਛੇ ਹੋਈ ਮੇਰਾ ਫੋਨ ਨੂੰ ਜੱਜ ਬੜਾ ਅੱਛਾ ਕਰਦਾ ਕਿ ਯਾਰ ਦੋ ਗੀਗਾ ਉਹ ਤੇਰੀ ਭੈਣ ਦੀ ਸਿਰੀ ਓਏ ਕਰੇਜ਼ੀ ਕੇਈ ਸ਼ੁਕਰ ਆ ਪਹਿਲੀ ਵਾਰੀ ਸਪਾਈਡਰ ਨੇ ਸਾਥ ਦੇ ਦਿੱਤਾ ਨਹੀਂ ਤਾਂ ਯਮਨ ਕੋਈ ਸੀਟਾ ਹੋ ਚੱਲਾ ਸੀਗਾ
ਹੁਣ ਧੋਨ ਕੱਢ ਮੇਰਾ ਵੇਰ ਕਿੱਥੇ ਮੇ ਤੂੰ ਮੇਰੇ ਕੋਲ ਹੀ ਹੈ ਮਾਰ ਕਰ ਨਾ ਮੈਨੂੰ ਤਾਂ ਨਹੀਂ ਪਤਾ ਕਿੱਥੇ ਹੈ ਤੇਰੇ ਕੋਲ ਮੈਨੂੰ ਨਹੀਂ ਪਤਾ ਜੇ ਤੈਨੂੰ ਪਤਾ ਵਾ ਆਪਾਂ ਬਿਲਾ ਵੇ ਧੋਨ ਕੱਢੀਏ ਨਾ ਤਾਂ ਪੈਪ ਹੋ ਜਾਂਦੀਆਂ ਯਹਾਂ ਤੇ ਇੱਧਰ ਪੱਥਰਾਂ ਇੱਧਰ ਵਾਲੀ ਸਾਈਡ ਤੋਂ ਨਾ ਮੈਨੂੰ ਆਈਡੀਆ ਹੈ ਸੀਗਾ ਤੁਸੀਂ ਵੀ ਆਓ ਇੱਧਰ ਨੂੰ ਇੱਕ ਵਾਰ ਆਖਰੀ ਫਾਈਟ ਮੈਂ ਕਹਿੰਦਾ ਹੁਣ ਜ਼ੋਨ ਵਾਲੇ ਘਰਾਂ 'ਚ ਲਈਏ ਵੀ ਜ਼ੋਨ ਕਰ ਲਈਏ ਟਾਈਮ ਨਾਲ ਹੁਣ ਬਾਕੀ ਪਬਜੀ ਮੋਬਾਈਲ ਦਾ ਜਾਣਦਾ ਨਾ ਹੁਣ ਮੈਂ ਆਪਣੇ ਲੈਪਟੋਪ ਦਾ ਵੀ ਫਾਇਦਾ ਲੈਣਾ ਫਿਲਹਾਲ ਮੈਂ ਕੈਪਕਟ ਤੇ ਥੋੜੀ ਜਿਹੀ ਟਰਾਈ ਕਰਨੀ ਸ਼ੁਰੂ ਕੀਤੀ ਹੈ ਫਿਰ ਹੌਲੀ ਹੌਲੀ ਉੱਤੇ ਵੀ ਕਰਾਂਗਾ ਪ੍ਰੋਫੈਸ਼ਨਲ ਲੈਵਲ ਦੀਆਂ ਬਲਾਲ ਇੱਕ ਤੇਰੇ ਹੈਡਸ਼ਾਟ ਦੀ ਲੋੜ ਹੈ ਇੱਥੇ ਇੱਥੇ ਤਿੰਨ ਚਾਰ ਬੰਦੇ ਹੀ ਖਿਲ ਰਹੇ ਹੋਏ ਤੈਨੂੰ ਮੈਂ ਨੇੜ ਨਹੀਂ ਜਾਣਾ ਮੈਂ ਫਿਲਹਾਲ ਕੁਛ ਨਹੀਂ ਕਿਹਾ ਇੱਥੇ ਘੈਂਟ ਪਾਉਣਾ ਉਹ ਇੱਧਰੋਂ ਪੈ ਗਈ ਬੱਚੇ ਤੋਂ ਵੀ ਬੱਚੇ ਤੋਂ ਵੀ ਬੱਚੇ ਇਸੇ ਤੋਂ ਨਹੀਂ ਨਾ ਉੱਤਾ ਮੇਰਾ ਵੀਰ ਤੂੰ ਆਵੇਂ ਧੋਣ ਦਿਖਾਵੇਂ ਤੇ ਬਚ ਜਾਵੇਂ ਇਹ ਕਿਹੋ ਤੇ ਤੂੰ ਕਿੱਧਰ ਤਿੰਨ ਘੰਟੇ ਆ ਜਾਂ ਦੱਸਣ ਤੋਂ ਨਹੀਂ ਇੱਥੇ ਬੰਦੇ ਥੱਲੇ ਨਾ ਡਿੱਗੀ ਇੱਕ ਤੇ ਯਾਰ ਨਾ ਤੇਰਾ ਮੇਰਾ ਮਜ਼ਾਕ ਨਹੀਂ ਆਇਆ ਇਹੋ ਜਿਹਾ ਬਾਕੀ ਇਹ ਸਾਇਲੈਂਟ ਕਿਹਾ ਉਹ ਸਾਇਲੈਂਟ ਸੀਗਾ ਨਾ ਨਾਮ ਜਿੰਨਾ ਤੂੰ M24 ਵਾਲੀ ਸ਼ੋਟ ਕਰਾਈ ਸੀ ਪਹਿਲੇ ਨਹੀਂ ਮੈਂ ਪਹਿਲੇ ਦੀ ਗੱਲ ਕਰ ਰਿਹਾ ਜਿਹੜੇ ਪਾਵਰ ਪਲਾਂਟ ਦੇ ਲਾਗੇ ਮਾਰੇ ਆਪਾਂ ਉਹਦਾ ਨਾਂ ਆਪਣਾ ਰਿਵੈਂਜ ਸੀਗਾ ਰਿਵੈਂਜ ਲਿਆ ਆਪਾਂ ਲੈ ਉਹ ਕ੍ਰੇਜ਼ੀ ਸੀਗਾ ਫੇਰ ਹੈਵੀ ਕਿਚਨ ਡਿਨਰ ਲਾ ਦੋ ਤੋਪਾਂ ਛੋਪਾਂ ਜਿੰਨੀਆਂ ਵੀ ਹੈ ਆਓ ਜ਼ਰਾ ਇੱਥੇ ਇੱਕ ਮਿੰਟ ਆ ਕੇ ਮੁਜ਼ਰਾ ਕਰ ਲਈਏ ਰਲ ਕੇ ਆਓ ਜ਼ਰਾ ਮੋੜ ਛੋੜ ਮਾਰੀਏ ਇਕੱਠੇ ਹੋ ਕੇ